ਇੱਕ ਤਰਫ ਪੰਜਾਬ ਸਰਕਾਰ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਜਾਗਰੂਕ ਕਰਨ ਅਤੇ ਪੰਜਾਬ 'ਚ ਚੰਗੇ ਖਿਡਾਰੀ ਬਣਾਉਣ ਦੇ ਲਈ ਖਿਡਾਰੀਆਂ ਨੂੰ ਬੜੇ ਪੈਮਾਨਿਆਂ 'ਤੇ ਸੁਵਿਧਾ ਉਪਲਬਧ ਕਰਾਉਣ ਲਈ ਫੰਡ ਜਾਰੀ ਕਰ ਰਹੀ ਹੈ, ਪਰ ਕੁਝ ਠੇਕੇਦਾਰ ਚੰਦ ਪੈਸੇ ਕਮਾਉਣ ਦੇ ਚੱਕਰਾਂ 'ਚ ਇਹਨਾਂ ਖਿਡਾਰੀਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਰ ਰਹੇ ਹਨ। ਮਾਮਲਾ ਹੈ ਗੁਰਦਾਸਪੁਰ ਦੇ ਸਪੋਰਟਸ ਵਿੰਗ ਦਾ, ਜਿੱਥੇ 270 ਬੱਚੇ ਵੱਖ ਵੱਖ ਖੇਡਾਂ ਦੀ ਪ੍ਰੈਕਟਿਸ ਕਰਦੇ ਹਨ। ਇਹਨਾਂ ਬੱਚਿਆਂ ਨੂੰ ਚੰਗਾ ਖਿਡਾਰੀ ਬਣਨ ਦੇ ਲਈ ਰੋਜ਼ਾਨਾ 100 ਰੁਪਏ ਦੀ ਡਾਈਟ ਖਿਡਾਰੀਆਂ ਨੂੰ ਖਾਣ ਲਈ ਦਿੱਤੀ ਜਾਂਦੀ ਹੈ, ਪਰ ਚੰਦ ਪੈਸੇ ਕਮਾਉਣ ਦੇ ਚੱਕਰ ਵਿੱਚ ਕੁਝ ਠੇਕੇਦਾਰ ਪਿਛਲੇ ਇੱਕ ਮਹੀਨੇ ਤੋਂ ਇਹਨਾਂ ਬੱਚਿਆਂ ਨੂੰ ਡਾਈਟ ਨਹੀਂ ਦੇ ਰਹੇ। ਅਜਿਹੇ 'ਚ ਬੱਚੇ ਕਿਵੇਂ ਚੰਗੇ ਖਿਡਾਰੀ ਬਣਨਗੇ, ਇਹ ਇੱਕ ਚਿੰਤਾ ਦਾ ਵਿਸ਼ੇ ਹੈ। ਬਾਸਕਿਟਬਾਲ ਖੇਡਦੇ ਹਾਂ ਅਤੇ ਡਾਈਟ ਨਾਲ ਖੇਡਦੇ ਪਏ, ਸਾਨੂੰ ਪੂਰੀ ਡਾਈਟ ਨਹੀਂ ਮਿਲਦੀ ਪਈ ਹੈਗੀ, ਠੀਕ ਹੈ। ਅਤੇ ਹੋਰ ਅਸੀਂ ਪੂਰੀ ਪ੍ਰੈਕਟਿਸ ਵੀ ਕਰਦੇ ਹਾਂ 4 ਵਜੇ ਤੋਂ ਲੈ ਕੇ 5:30 ਤੱਕ, ਬਟ ਸਾਡੀ ਡਾਈਟ ਨਹੀਂ ਮਿਲ ਰਹੀ ਸਾਨੂੰ। ਸਾਨੂੰ ਡਾਈਟ ਹੁਣ ਆਉਂਦੀ ਨਹੀਂ, ਪਹਿਲੇ ਆਉਂਦੀ ਰਹੀ ਸੀ ਸਾਡੀ ਡਾਈਟ, ਹੁਣ ਨਹੀਂ ਆਉਂਦੀ ਸਾਡੀ ਡਾਈਟ। ਹੁਣ ਕੁਛ ਵੀ ਨਹੀਂ ਆ ਰਿਹਾ ਇਸ ਟਾਈਮ 'ਤੇ ਸਾਡੇ ਕੋਲ, ਕੁਛ ਵੀ ਨਹੀਂ ਆ, ਡਾਈਟ ਨਹੀਂ ਆ ਰਹੀ ਅੱਜ ਸਾਡੀ। ਡਾਈਟ ਕਾਫੀ ਮਹੀਨਾ ਉਹ ਚੱਲਣ ਨਹੀਂ ਆਈ। ਉਸ ਤੋਂ ਪਹਿਲਾਂ ਕੀ ਮਿਲਦਾ ਸੀ? ਉਸ ਤੋਂ ਪਹਿਲੇ ਦੁੱਧ ਅਤੇ ਕੇਲੇ, ਨਹੀਂ ਆਂਡੇ ਨਹੀਂ ਮਿਲਦੇ। ਆਂਡੇ ਉਸ ਤੋਂ ਪਹਿਲਾਂ ਆਉਂਦੇ, ਕਾਫੀ ਟਾਈਮ ਪਹਿਲਾਂ ਆਉਂਦੇ ਰਹੀ ਹੁੰਦੇ। ਨਹੀਂ ਕੁਛ ਨਹੀਂ, ਹੋਰ ਬਸ ਦੁੱਧ ਅਤੇ ਕੇਲੇ ਮਿਲਦੇ ਰਹੇ, ਉਹ ਨਹੀਂ ਕੁਛ ਮਿਲਦਾ। ਪਿਛਲੇ ਕਈ ਸਾਲਾਂ ਤੋਂ ਖੇਡ ਵਿਭਾਗ ਵੱਲੋਂ ਸਕੂਲਾਂ ਦੇ ਬੱਚਿਆਂ ਨੂੰ ਰਿਹਾਇਸ਼ੀ ਗੈਰ ਰਿਹਾਇਸ਼ੀ ਖੇਡ ਵਿੰਗ ਦਿੱਤੇ ਗਏ ਨੇ, ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ 100 ਰੁਪਇਆ ਪ੍ਰਤੀ ਦਿਨ ਖੁਰਾਕ ਜਿਹੜੀ ਉਹ ਦਿੱਤੀ ਜਾਂਦੀ ਹੈ। ਪਰ ਪਿਛਲੇ 1-2 ਸਾਲ ਤੋਂ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਇਹਨਾਂ ਬੱਚਿਆਂ ਦੀ ਜਿਹੜੀ ਖੁਰਾਕ ਹੈ ਉਹ 25 ਦਸੰਬਰ ਨੂੰ ਬੰਦ ਕਰ ਦਿੱਤੀ ਜਾਂਦੀ ਹੈ, ਕਿਉਂਕਿ ਬੱਚਿਆਂ ਦੀਆਂ ਖੇਡਾਂ ਜਿਹੜੀਆਂ ਨੇ ਉਹ ਅਜੇ ਰਹਿੰਦੀਆਂ ਨੇ। ਇਸ ਸਾਲ ਵੀ ਗੁਰਦਾਸਪੁਰ ਜ਼ਿਲ੍ਹੇ ਨੂੰ 270 ਸੀਟਾਂ ਜਿਹੜੀਆਂ ਅਲਾਟ ਕੀਤੀਆਂ ਗਈਆਂ। ਤੁਸੀਂ ਮੈਨੂੰ ਅੱਜ ਹੀ ਦੱਸਿਆ, ਅੱਜ ਹੀ ਮੇਰੇ ਧਿਆਨ 'ਚ ਆਇਆ। ਮੈਂ ਸਟੀਮ ਸਾਹਿਬ ਨੂੰ ਕਿਹਾ, ਉਹ ਇਹਦੀ ਕਰਕੇ ਇਨਕੁਆਇਰੀ ਉਹਨਾਂ ਨਾਲ ਗੱਲ ਕਰਕੇ ਮੈਨੂੰ ਰਿਪੋਰਟ ਦੇਣਗੇ, ਜਿਹੜੀ ਕਾਰਵਾਈ ਕਰਾਂਗੇ। ਗੁਰਦਾਸਪੁਰ ਤੋਂ ਰਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।